ਤੇ ਤੁਸੀਂ ਚੁਕੇ ਮਾਸ਼ਾਅੱਲਾ ਸਾਫੀ ਹੋ ਤੇ ਸਾਫੀਜ਼ ਰਾਜ ਜਿਹੜੇ ਨੇ ਇਹਨਾਂ ਦੀ ਗਹਿਰੀ ਨਜ਼ਰ ਹੁੰਦੀ ਏ ਇਹ ਜਿਹੜਾ ਪਿੱਛੇ ਟਾਈਮ ਗੁਜ਼ਰਿਆ ਹੈ ਉਹਦੇ ਚ ਇਹ ਫਰਮਾ ਰਹੇ ਨੇ ਕਿ 10 ਲੱਖ ਲੋਕਾਂ ਨੂੰ ਮਤਲਬ ਫਾਇਦਾ ਹੋ ਰਿਹਾ ਤੇ ਕੀ ਇਹ ਗੱਲ درست ਹੈ ਜੀ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਇਸ ਦਫਾ ਫਿਰ ਤੁਹਾਡਾ ਟਾਪਿਕ ਨਾ ਬੜਾ ਮਜ਼ੇਦਾਰ ਹੈ ਤੁਸੀਂ ਹਰ ਦਫਾ ਐਸਾ ਟਾਪਿਕ ਚੁੰਦੇ ਹੋ ਜਿਹੜਾ ਪਬਲਿਕ ਤੋਂ ਜਿੰਨਾ ਇੰਟਰਸਟ ਹੁੰਦਾ ਹੈ ਉਹ ਲੋਕ ਇੰਟਰਸਟ ਲੈਂਦੇ ਨੇ ਤੇ ਟ੍ਰਾਂਸਪੋਰਟ ਇੱਕ ਐਸੀ ਚੀਜ਼ ਹੈ ਕਿ ਹਰ ਸ਼ਖਸ ਨੂੰ ਇਹਦੀ ਜ਼ਰੂਰਤ ਹੈ ਜਿੰਨੀ ਚੰਗੀ ਟ੍ਰਾਂਸਪੋਰਟ ਹੋਵੇ ਦੀ ਉਹਨੇ ਤੁਹਾਡੇ ਲੋਕ ਜ਼ਿਆਦਾ ਸਹੂਲਤੇ ਰਹਿੰਦੇ ਮਤਲਬ ਜਿਸ ਤਰ੍ਹਾਂ ਤੁਸੀਂ ਐਜੂਕੇਸ਼ਨ ਤੇ ਜਿਸ ਤਰ੍ਹਾਂ ਤੁਸੀਂ ਹੈਲਥ ਤੇ ਕੰਮ ਕਰਦੇ ਹੋ ਇਸ ਤਰ੍ਹਾਂ ਅਗਰ ਟ੍ਰਾਂਸਪੋਰਟ ਤੇ ਵੀ ਕੰਮ ਹੋਵੇ ਤੇ ਲੋਕਾਂ ਨੂੰ ਸਹੂਲਤੇ ਬਾਹਰ ਦੇ ਮੁਲਕਾਂ ਤੁਸੀਂ ਵੇਂਦੇ ਹੋ ਕਿ ਲੋਕ ਜ਼ਿਆਦਾ ਕਰਦੇ ਪਬਲਿਕ ਟ੍ਰਾਂਸਪੋਰਟ ਇਸਤੇਮਾਲ ਨੇ ਜੀ ਤੇ ਇਹ ਵੀਜਨ ਲੈ ਕੇ ਆਏ ਸਮੈ ਮੈਨ ਯਾਦ ਹੈ ਕਿ ਜਦੋਂ 2013 ਚ ਲਾਹੌਰੇ ਚ ਮੈਟਰੋ ਬੱਸ ਸ਼ੁਰੂ ਹੋਣੀ ਸੀ ਉਸ ਤੋਂ ਪਹਿਲੇ ਬੜਾ ਰੋਲਾ ਪਿਆ ਜੀ ਇਹ ਜੀ ਬੱਸ ਜਿਹੜੇ ਇਸਤੇਮਾਲ ਨਹੀਂ ਹੋਏ ਦੀ ਇਹਦੇ ਤੇ ਅਰਬਾਂ ਰੁਪਏ ਲੱਗ ਜਾਣੇ ਲੇਕਿਨ ਤੁਸੀਂ ਵੇਖੋ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸ ਕਿ ਇਸ ਟਾਈਮ ਅਗਰ ਗੱਜੂ ਮੱਤਾ ਤੋਂ ਕਾਨੇ ਜਾਂ ਕਾਨੇ ਤੋਂ ਗੱਜੂ ਮੱਤਾ ਜਾਂਦੇ ਤਾਂ ਮੈਂ ਯਕੀਨ ਨਾਲ ਕਹਿਣਾ ਵਾਂ ਮੈਂ ਵੀ ਬੜੀ ਦਫਾ ਵੇ ਸਫ਼ਰ ਕੀਤਾ ਸਿਰਫ ਇਹ ਚੈੱਕ ਕਰਨ ਵਾਸਤੇ ਕਿ ਵਾਕਈ ਇੱਥੇ ਸੀਟ ਲੱਭਦੀ ਏ ਕਿ ਖੜੇ ਹੋ ਕੇ ਜਾਣਾ ਪੈਂਦਾ ਇਹਦਾ ਕੀ ਤਰੀਕੇਕਾਰ ਏ ਕੋਈ ਕਾਰਡ ਵਗੈਰਾ ਬਣਾਉਣਾ ਪੈਂਦਾ ਜੀ ਉਹ ਇੱਕ ਤੇ ਉਹਦਾ ਕਾਰਡ ਵੀ ਹੁੰਦਾ ਹੈ ਕਿ ਹਕੂਮਤ ਨੇ ਇੱਕ ਸਹੂਲਤ ਦਿੱਤੀ ਕਿ ਤੁਸੀਂ ਇੱਕ ਦਫਾ ਆਪਣਾ ਕਾਰਡ ਰੀਚਾਰਜ ਕਰ ਲਓ ਤਾਂ ਕਿ ਜਦੋਂ ਤੁਸੀਂ ਜਾਂਦੇ ਹੋ ਰਸ਼ ਡਾਕਸਾ ਬਈ ਨਾ ਹੁੰਦਾ ਉਹ ਮੈਂ ਦੱਸਣ ਲੱਗਾ ਸਾ ਕਿ ਲੈਣੇ ਲੱਗਣਾ ਪੈਂਦਾ ਉਹਨਾਂ ਕੋਲੋਂ ਪਰਚੀ ਬਣਵਾਨੀ ਪੈਂਦੀ ਅਗਰ ਤੁਹਾਡੇ ਕੋਲ ਕਾਰਡ ਹੋਵੇ ਤਾਂ ਫਿਰ ਚੱਲੇ ਜਾਂਦਾ ਹਾਂ ਤੁਸਰ ਕੇ ਇੰਨਾ ਰਸ਼ੇ ਕੇ ਟਿਕਟ ਜਿਹੜਾ ਨਾ ਸੀਟ ਆਪਣੀ ਮੁਸ਼ਕਲ ਹੋ ਜਾਂਦੀ ਏ ਲੋਕ ਆਂਦੇ ਨੇ ਕਿ ਲੇਕਿਨ ਪਹੁੰਚਣਾ ਵੀ ਆਰਾਮ ਦੇ ਸਫਰ ਏ ਰਸਤੇ ਸਟਾਪ ਨਹੀਂ ਆ ਰੁਕਣਾ ਨਹੀਂ ਪੈਂਦਾ ਉੱਥੇ ਹੀ ਰੁਕਣਾ ਜਿੱਥੇ ਕੋਈ ਸਟੇਸ਼ਨ ਨੇ ਤੁਹਾਡਾ ਜਿੰਨੇ 1 ਮਿੰਟ ਜਾਂ 1.5 ਮਿੰਟ ਜਿੰਨਾਰ ਸਵੇ ਉਹਦੇ ਬਾਅਦ ਹੁਣ ਜਦੋਂ orange line train ਚੱਲੀ ਏ ਤੇ ਤੁਸੀਂ ਦੇਖ ਲਵੋ ਕਿ ਰੂਟ ਕਿੰਨਾ ਲੰਮਾ ਵੇ ਤੇ ਇੰਨਾ ਸਫਰ ਮੈਰੇ ਖਾਨਾ ਤੁਸੀਂ ਦੁਬਈ ਦੀਆਂ ਜਾਂ ਲੰਡਨ ਵਗੈਰਾ ਦੀਆਂ ਵੀ ਮੈਟਰੋ ਔਰ ਇਨਲਾਈਨ ਟ੍ਰੇਨਾਂ ਸਫਰ ਕੀਤੇ ਲੇਕਿਨ ਇਹੰਦਾ ਸਫਰ ਜਿਹੜਾ ਵੇ ਇਹਦਾ ਆਪਣੀ ਮਜ਼ਾ ਔਰ ਮੈਂ ਨਾ ਕਿ ਹੈ ਬੜਾ ਹਕੂਮਤ ਦਾ ਕਾਮਯਾਬ ਤਜਰਬਾ ਸੀ ਅਰੇ ਇਹਨੂੰ ਹੋਣਾ ਚਾਹੀਦਾ ਜੀ